ਤੁਹਾਡਾ ਸਵਾਗਤ ਹੈ ਗਲੋਬਲ ਪੰਜਾਬ ਟੀਵੀ ਤੇ। ਇਹ ਹੈ ਖਾਸ ਬੁਲੇਟਿਨ ਗੱਲਾਂ ਵਿਦ ਗੁਲਾਬੋ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਖਬਰਾਂ ਤੇ। ਬਾਂਦਰਾ ਨੇ ਸਰਕਾਰੀ ਖਜ਼ਾਨੇ ਵਿੱਚੋਂ ਸਿੱਕੇ ਕੀਤੇ ਚੋਰੀ, ਕਿਹਾ ਸਾਡੀ ਤਸਵੀਰ ਵਿਦਆਊਟ ਕੰਸੈਂਟ ਨਹੀਂ ਛਪੇਗੀ। ਬਿੱਲੀਆਂ ਨੇ ਦੁੱਧ ਵਿੱਚ ਮਿਲਾਵਟ ਹੋਣ ਕਰਕੇ ਦੁੱਧ ਦਾ ਕੀਤਾ ਤਿਆਗ, ਹੈੱਡ ਚੂਹੇ ਨੇ ਕੋਰਟ ਵਿੱਚ ਮੰਗੀ ਪ੍ਰੋਟੈਕਸ਼ਨ, ਕਿਹਾ ਬਿੱਲੀਆਂ ਤੋਂ ਸਾਡੀ ਜਾਨ ਨੂੰ ਖਤਰਾ। ਦੋ ਜਨਾਨੀਆਂ ਚੁਗਲੀ ਕਰ ਰਹੀਆਂ, ਦੋ ਜਨਾਨੀਆਂ ਦੀ ਨਿੱਜੀ ਲੜਾਈ ਵਿੱਚ ਆਦਮੀ ਦੇ ਪਈ ਕੁੱਟ। ਔਰ ਇਹ ਮਸਲਾ ਜਿਹੜਾ ਹੈ ਹੁਣ ਗਰਮਾਉਂਦਾ ਹੀ ਚਲਾ ਜਾ ਰਿਹਾ ਹੈ। ਅਤੇ ਅੱਜ ਦੀ ਸਾਡੀ ਜਿਹੜੀ ਬ੍ਰੇਕਿੰਗ ਨਿਊਜ਼ ਹੈ ਉਸਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਖਾਸ ਡਿਬੇਟ ਕਰਨ ਦੇ ਲਈ ਅੱਜ ਇੱਧਰ ਹਾਜ਼ਰ ਹੋਇਆਂ, ਜਿਸਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਔਰਤਾਂ ਵੱਧ ਚੁਗਲੀ ਕਰਦੀਆਂ ਨੇ ਜਾਂ ਫਿਰ ਆਦਮੀ ਵੱਧ ਚੁਗਲੀ ਕਰਦੇ ਨੇ। ਔਰ ਇਸੇ ਮਸਲੇ ਨੂੰ ਅੱਜ ਇਹ ਮੁਲਕ ਦਾ ਪੂਰਾ ਮਸਲਾ ਬਣ ਚੁੱਕਾ ਹੈ, ਜਿਸਦੇ ਵਿੱਚ ਔਰਤਾਂ ਦਾ ਕਹਿਣਾ ਇਹ ਹੈ ਕਿ ਆਦਮੀ ਜ਼ਿਆਦਾ ਚੁਗਲੀ ਕਰਦੇ ਨੇ, ਜਦਕਿ ਇਹੀ ਇਲਜ਼ਾਮ ਆਦਮੀਆਂ ਨੇ ਔਰਤਾਂ ਦੇ ਉੱਤੇ ਲਗਾਇਆ ਕਿ ਇਹ ਕਾਫੀ ਸਾਲਾਂ ਤੋਂ ਚੁਗਲੀਆਂ ਕਰਦੀਆਂ ਆ ਰਹੀਆਂ ਨੇ ਔਰ ਕਾਫੀ ਮਸ਼ਹੂਰ ਨੇ ਇਸ ਚੀਜ਼ ਕਰਕੇ। ਸੋ ਆਪਸੀ ਇਸ ਜੰਗ ਦੇ ਵਿੱਚ ਜਿਹੜਾ ਅਸੀਂ ਸਰਵੇ ਕਰਾ ਕੇ ਦੇਖਿਆ ਔਰ ਕਈ ਅਸੀਂ ਸਪੈਸ਼ਲਿਸਟ ਜਿਹੜੇ ਸੀਗੇ ਅਸੀਂ ਉਹਨਾਂ ਦੀ ਸਲਾਹ ਲਿੱਤੀ, ਉਹਨਾਂ ਦੇ ਨਾਲ ਇਸ ਬਾਰੇ ਅਸੀਂ ਜ਼ਿਰਾ ਕੀਤੀ ਅਤੇ ਉਸ ਦੇ ਨਾਲ ਇਹ ਪਤਾ ਲੱਗਾ ਕਿ ਆਦਮੀ ਸ਼ਾਇਦ ਜ਼ਿਆਦਾ ਚੁਗਲੀਖੋਰ ਹੁੰਦੇ ਨੇ। ਲੇਕਿਨ ਹਰ ਕਿਸੇ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੈ, ਹਰ ਕਿਸੇ ਦਾ ਆਪਣਾ ਆਪਣਾ ਇਸ ਦੇ ਉੱਤੇ ਇੱਕ ਵੱਖਰਾ ਨਜ਼ਰੀਆ ਹੈ। ਸੋ 50% ਲੋਕਾਂ ਦਾ ਕਹਿਣਾ ਇਹ ਹੈ ਕਿ ਜ਼ਿਆਦਾਤਰ ਆਦਮੀ ਚੁਗਲੀ ਕਰਦੇ ਨੇ ਅਤੇ 50% ਦਾ ਕਹਿਣਾ ਕਿ ਔਰਤਾਂ ਜ਼ਿਆਦਾ ਚੁਗਲੀ ਕਰਦੀਆਂ ਨੇ। ਸੋ ਅੱਜ ਸਾਡੇ ਜੋ ਸਾਡੀ ਇਸ ਰਿਪੋਰਟ ਦੇ ਮੁਤਾਬਿਕ ਅਸੀਂ ਵੀ ਫਿਲਹਾਲ ਤੱਕ ਉਸਦੇ ਨਾਲ ਸਹਿਮਤ ਨਹੀਂ ਹੋਏ, ਕਿਉਂਕਿ ਅਸੀਂ ਕਿਸੇ ਦੇ ਨਾਲ ਵੀ ਕਦੀ ਸਹਿਮਤ ਨਹੀਂ ਹੁੰਦੇ। ਅਸੀਂ ਪਾਸਾ ਜਿਸ ਪਾਸੇ ਪਲਟ ਜਾਂਦਾ ਅਸੀਂ ਉਸੇ ਪਾਸੇ ਜ਼ਿਆਦਾ ਝੁਕਾਵ ਕਰ ਲਈਦਾ। ਸੋ ਅੱਜ ਤੁਸੀਂ ਸਾਨੂੰ ਕਾਲ ਕਰਕੇ 347-252-1232 ਦੇ ਉੱਤੇ ਆਪਣੀ ਸਲਾਹ ਵੀ ਦੇ ਸਕਦੇ ਹੋ ਅਤੇ ਸਾਡੇ ਜੇ ਤੁਸੀਂ ਸੰਵਾਦਦਾਤਾ ਬਣਨਾ ਚਾਹੁੰਦੇ ਹੋ ਆਪਣੇ ਅਮੈਰੀਕਾ ਤੋਂ ਜਾਂ ਫਿਰ ਕੈਨੇਡਾ ਤੋਂ ਔਰ ਕਿਸੇ ਵੀ ਹਿੱਸੇ ਤੋਂ, ਕਿਸੇ ਵੀ ਕੋਨੇ ਤੋਂ ਜੇ ਤੁਸੀਂ ਸਾਡੇ ਸੰਵਾਦਦਾਤਾ ਬਣਨਾ ਚਾਹੁੰਦੇ ਹੋ ਤਾਂ ਸਾਨੂੰ 347-252-1232 ਦੇ ਉੱਤੇ ਡਾਇਰੈਕਟ ਕਾਲ ਕੀਤੀ ਜਾ ਸਕਦੀ ਹੈ ਔਰ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਪੇਸ਼ ਕਰ ਸਕਦੇ ਹੋ, ਜ਼ਾਹਿਰ ਕਰ ਸਕਦੇ ਹੋ। ਔਰ ਇੱਕ ਸਰਵੇ ਦੀ ਇੱਕ ਬੜੀ ਖਾਸ ਰਿਪੋਰਟ ਰਹੀ ਜਿਸਦੇ ਵਿੱਚ ਅਸੀਂ ਡਾਕਟਰਾਂ ਦੀ ਵੀ ਸਲਾਹ ਲਿੱਤੀ, ਕਿਉਂਕਿ ਉਹਨਾਂ ਦਾ ਇਸ ਦੇ ਵਿੱਚ ਇੱਕ ਪੁਆਇੰਟ ਆਫ ਵਿਊ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਸੀ, ਜਿਸਦੇ ਵਿੱਚ ਡਾਕਟਰ ਸਾਹਿਬ ਨੇ ਇਹ ਕਿਹਾ ਕਿ ਉਹਨਾਂ ਦੇ ਕੋਲ ਜ਼ਿਆਦਾਤਰ ਜਿਹੜੇ ਨੇ ਰੇਸ਼ੋ ਇਕੁਅਲੀ ਰਹਿੰਦੀ ਹੈ, ਆਦਮੀ ਵੀ ਆਉਂਦੇ ਨੇ ਅਤੇ ਔਰਤਾਂ ਵੀ ਆਉਂਦੀਆਂ ਨੇ ਚੁਗਲੀ ਦੇ ਮਾਮਲੇ ਦੇ ਵਿੱਚ। ਲੇਕਿਨ ਜੋ ਉਹਨਾਂ ਦੇ ਇਸ ਸਾਲ ਦੇ ਰਿਕਾਰਡ ਦੇ ਮੁਤਾਬਿਕ ਆਦਮੀ ਜ਼ਿਆਦਾ ਆਏ ਨੇ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਟੈਲੀਵਿਜ਼ਨ ਸਕਰੀਨਸ ਦੇ ਉੱਤੇ ਵੀ ਜਾਂ ਫਿਰ ਅਖਬਾਰਾਂ ਦੇ ਵਿੱਚ ਵੀ ਪੜ੍ਹ ਰਹੇ ਹਾਂ ਕਿ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਆਦਮੀ ਨੇ ਜਦੋਂ ਅਸੀਂ ਉਹਨਾਂ ਨੂੰ ਪੋਲੀਟੀਕਲੀ ਆਪਾਂ ਦੇਖੀਏ ਤਾਂ ਹਰ ਜਗ੍ਹਾ ਦੇ ਉੱਤੇ ਜਦੋਂ ਆਪਣਾ ਭਾਸ਼ਣ ਦੇ ਰਹੇ ਹੁੰਦੇ ਨੇ ਤਾਂ ਇੱਕ ਦੂਜੇ ਦੀ ਕਿਸ ਤਰ੍ਹਾਂ ਦੇ ਨਾਲ ਬੈਂਡ ਵਜਾਉਣੀ ਹੈ ਜਾਂ ਕਿੱਦਾਂ ਇੱਕ ਦੂਜੇ ਦੀ ਲੈਗ ਪੁਲਿੰਗ ਕਰਨੀ ਹੈ, ਉਹ ਇਸ ਦੇ ਨਾਲ ਸਾਡੇ ਨਾਲ ਪਹਿਲੇ ਸਾਡੇ ਕਾਲਰ ਜੁੜ ਚੁੱਕੇ ਨੇ, ਅਸੀਂ ਗੱਲ ਕਰਦੇ ਹਾਂ, ਸ਼ਾਇਦ ਸੰਵਾਦਦਾਤਾ ਹੀ ਨਾ ਹੋਣ। ਹੈਲੋ ਗੁਲਾਬੋ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ, ਕਿੱਧਰੋਂ ਬੋਲ ਰਹੇ? ਜੀ ਮੈਂ ਮੈਰੀਲੈਂਡ ਤੋਂ ਪਰਮਿੰਦਰ ਸਿੰਘ ਬੋਲਦਾ ਜੀ। ਜੀ ਸੰਵਾਦਦਾਤਾ ਸਾਹਿਬ ਬੋਲਦੇ ਜੀ। ਜੀ ਜੀ ਕਾਫੀ ਦੇਰ ਲੱਗੀ ਤੁਹਾਨੂੰ ਕਨੈਕਟ ਕਰਨ ਦੇ ਵਿੱਚ, ਜੀ ਕੀ ਕਹਿਣਾ ਚਾਹੋਗੇ? ਕਹਿਣਾ ਮੈਂ ਇਹ ਚਾਹਾਂਗਾ ਜੀ, ਇੱਥੇ ਨਾ ਗੱਲ ਜਿਹੜੀ ਹੈਗੀ ਉਹ ਕਾਫੀ ਫੈਲ ਚੁੱਕੀ ਹੈਗੀ ਕਿ ਵੀ ਕਿ ਔਰਤਾਂ ਜ਼ਿਆਦਾ ਚੁਗਲੀਆਂ ਕਰਦੀਆਂ। ਇਹ ਤੁਹਾਡਾ ਆਪਣਾ ਪੁਆਇੰਟ ਆਫ ਵਿਊ ਹੈ ਜਾਂ ਫਿਰ ਤੁਸੀਂ ਦਰਸ਼ਕਾਂ ਦਾ ਜਾਂ ਲੋਕਾਂ ਦਾ ਆਮ ਪੁਆਇੰਟ ਆਫ ਵਿਊ ਦੱਸ ਰਹੇ ਹੋ? ਨਹੀਂ ਨਹੀਂ ਮੈਂ ਤੁਹਾਨੂੰ ਫੁਟੇਜ ਵੀ ਭੇਜੀ ਸੀਗੀ, ਉਦੋਂ ਕਾਫੀ ਕੁਝ ਮਤਲਬ ਪਤਾ ਕਲੀਅਰ ਹੋ ਰਿਹਾ ਹੈਗਾ ਕਿ ਇਹ ਔਰਤਾਂ ਜ਼ਿਆਦਾ ਚੁਗਲੀ ਕਰਦੀਆਂ। ਲੇਕਿਨ ਉਸ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਉਹ ਔਰਤਾਂ ਸਿਰਫ ਆਪਣਾ ਦਿਲ ਫਰੋਲ ਰਹੀਆਂ ਸੀਗੀਆਂ। ਇੱਕ ਦਰਾਣੀ ਔਰ ਜਠਾਣੀ ਦਾ ਵੀਡੀਓ ਤੁਸੀਂ ਸਾਡੇ ਕੋਲ ਭੇਜਿਆ ਜਿਹੜੀ ਕਿ ਆਪਣੀ ਸੱਸ ਦੀ ਬਾਰੇ ਕੁਝ ਗੱਲ ਕਰ ਰਹੇ ਸੀਗੇ, ਲੇਕਿਨ ਉਹ ਤੇ ਇੱਕ ਪਰਿਵਾਰਿਕ ਡਿਸਕਸ਼ਨ ਸੀਗਾ, ਉਹਨੂੰ ਆਪਾਂ ਚੁਗਲੀ ਨਹੀਂ ਕਹਿ ਸਕਦੇ। ਨਹੀਂ ਉਹ ਆਪਣੀ ਸੱਸ ਦੀ ਚੁਗਲੀ ਕਰਦੀਆਂ ਸੀਗੀਆਂ ਜੀ, ਉਹ ਇੱਕ ਪਰਿਵਾਰਿਕ ਡਿਸਕਸ਼ਨ ਸੀ, ਕਿਉਂਕਿ ਸੱਸ ਨੇ ਜਿਹੜਾ ਆਪਣੀ ਨੂੰਹ ਨੂੰ ਕਿਹਾ ਸੀਗਾ ਕਿ ਉਹਨੇ ਖਾਣੇ ਦੇ ਵਿੱਚ ਲੂਣ ਥੋੜ੍ਹਾ ਵੱਧ ਪਾ ਦਿੱਤਾ, ਸੋ ਇਸ ਕਰਕੇ ਦਰਾਣੀ ਔਰ ਜਠਾਣੀ ਦੇ ਵਿੱਚ ਇਹ ਡਿਸਕਸ਼ਨ ਚੱਲ ਰਿਹਾ ਸੀਗਾ ਕਿ ਜਿਹੜਾ ਉਹ ਲੂਣ ਹੈ ਵਾਕਈ ਵੱਧ ਪਿਆ ਸੀਗਾ ਕਿ ਜਾਣ ਬੁੱਝ ਕੇ ਵੱਧ ਪਾਇਆ ਸੀਗਾ, ਔਰ ਇਸੇ ਦੌਰਾਨ ਜਿਹੜਾ ਅਟੈਕ ਸੱਸ ਦੇ ਉੱਤੇ ਕੀਤਾ ਗਿਆ, ਕਿਉਂਕਿ ਸੱਸ ਨੇ ਇੱਕ ਚਮਚਾ ਲੂਣ ਦਾ ਐਕਸਟਰਾ ਸਬਜ਼ੀ ਦੇ ਵਿੱਚ ਆਪ ਪਾਇਆ ਸੀ। ਨਹੀਂ ਨਹੀਂ ਜੀ, ਉਹ ਤਾਂ ਹੁਣ ਏਦਾਂ ਹੋ ਗਿਆ ਪੂਰੇ ਸ਼ਹਿਰ 'ਚ ਹਾਹਾਕਾਰ ਮਚੀ ਪਈ ਹੈ ਉਸ ਗੱਲ ਤੋਂ ਲੈ ਕੇ। ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਸਾਨੂੰ ਇਹ ਜਾਣਕਾਰੀ ਦੇਣ ਲਈ। ਉਸ ਤੋਂ ਬਾਅਦ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ ਤੇ। ਜੀ ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਜੀ ਸਤਿ ਸ਼੍ਰੀ ਅਕਾਲ, ਸੰਵਾਦਦਾਤਾ ਗੁਰਚਰਨ ਕੌਰ ਜੀ ਬੋਲ ਰਹੇ ਨੇ। ਹਾਂਜੀ ਹਾਂਜੀ ਜੀ, ਗੁਰਚਰਨ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ, ਕੀ ਤੁਹਾਡੇ ਆਸ ਪਾਸ ਦੇ ਲੋਕਾਂ ਦਾ ਕੀ ਕਹਿਣਾ ਇਸ ਤੇ, ਕੀ ਵਿਚਾਰ ਹੈ? ਕਹਿੰਦੇ ਤਾਂ ਵੈਸੇ ਲੇਡੀਜ਼ ਨੂੰ ਹੀ ਆ ਵੀ ਉਹ ਜ਼ਿਆਦਾ ਚੁਗਲੀਆਂ ਕਰਦੀਆਂ, ਪਰ ਘੱਟ ਆਦਮੀ ਵੀ ਨਹੀਂ। ਜੀ ਜੀ ਬਿਲਕੁਲ, ਇਹੀ ਇੱਕ ਮੁੱਦਾ ਹੈ ਜਿਹੜਾ ਗਰਮਾਉਂਦਾ ਚਲਾ ਜਾ ਰਿਹਾ। ਅਸੀਂ ਆਪ ਭੰਬਲ ਭੂਸੇ ਦੇ ਵਿੱਚ ਪਏ ਹੋਏ ਹਾਂ,
औरतां असल दे विच ज्यादा चुगलीखोर ने या फिर आदमी ज्यादा चुगलीखोर ने? तुहाडे मुताबिक औरतां ज्यादा चुगलीखोर ने? नहीं नहीं ये लोग कहंदे आ पर मैं कहनी आदमी भी हैगी है चुगलीखोर। हुण तुसी आ देख लो पॉलिटिशियन च वते आदमी होई आ जी 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 झूठ तफान चुगलियां चप्पे एक दूजे ते इल्जाम झूठे सच्चे आदमी ही लाउंदे आ जी। सो घरां दे विच ए माहौल किस तरह दा हुंदा है? औरतां दे उत्ते ए इल्जाम ज्यादा है क्योंकि असीं सिर्फ एक पॉलिटिशियन दी गल करिए ते हां असीं उहनां नूं देखदे आ कि वो एक दूजे दे उत्ते काफी ज्यादा अटैक्स करदे ने, पर्सनल अटैक्स करदे ने, कमेंट्स करदे ने और चुगलियां भी बहुत ज्यादा करदे ने। हां जी सो तुसी पसंद करदे हो निजी तौर ते गुरचरण कौर जी? ਕੀ ਮੈਂ ਤਾਂ ਇਹੀ ਕਹਿੰਦੀ ਆ ਬਈ ਚਲੋ ਹੁਣ ਤਾਂ ਜਿਹੜੇ ਬਰਾਬਰ ਹੋ ਗਏ, ਪਹਿਲਾਂ ਔਰਤਾਂ ਨੂੰ ਕਹਿੰਦੇ ਹੁੰਦੇ ਸੀ ਜ਼ਿਆਦਾ ਚੂਲੀਆਂ ਕਰਦੀਆਂ, ਹੁਣ ਤਾਂ ਆਦਮੀ ਵੀ ਬਰਾਬਰ ਹੀ ਹੈ, ਆਦਮੀ ਵੀ ਬਰਾਬਰ ਹੀ ਨੇ। ਸੋ ਤੁਹਾਡੇ ਮੁਤਾਬਿਕ ਜਿਹੜੀ ਰੇਸ਼ੋ ਫਿਲਹਾਲ ਤੱਕ ਇਕੁਅਲੀ ਚੱਲ ਰਹੀ ਹੈ, ਆਦਮੀ ਤੇ ਔਰਤਾਂ ਜਿਹੜੇ ਨੇ ਉਹ ਬਰਾਬਰ ਚੱਲ ਰਹੇ ਨੇ ਇਸ ਕੰਪੀਟੀਸ਼ਨ ਦੇ ਵਿੱਚ ਕਿ ਔਰਤਾਂ ਵੀ? ਹਾਂਜੀ ਹਾਂਜੀ ਹਾਂਜੀ, ਐਵੇਂ ਔਰਤਾਂ ਨੂੰ ਬਦਨਾਮ ਕੀਤਾ ਜਾ ਰਿਹਾ, ਆਦਮੀ ਵੀ ਬਰਾਬਰ ਹੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਜਾਣਕਾਰੀ ਦੇਣ ਲਈ। ਇਸ ਤੋਂ ਬਾਅਦ ਸਾਡੇ ਨਾਲ ਸਾਡੇ ਅਗਲੇ ਕਾਲਰ। ਹੈਲੋ ਹੈਲੋ ਜੀ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਨੇ ਜੀ? ਮੇਰਾ ਨਾਮ ਪਾਲ ਹੈ ਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਜੀ। ਜੀ ਪਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਮਾਦਾਤਾ। ਪਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਪਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਕਹਿਣਾ ਚਾਹੁੰਦਾ ਜਿਹੜੀ ਔਰਤ ਆ ਉਹ ਦੁਨੀਆ ਦੀ ਕ੍ਰੀਏਟਰ ਹੈਗੀ ਹੈ ਰਾਈਟ? ਹਾਂਜੀ ਜਿਹੜਾ ਜਿਹੜਾ ਜਿਹੜੀ ਦੁਨੀਆ ਨੇ ਜਿਹੜੀ ਫੈਮਿਲੀ ਜਾਂ ਸੋਸ਼ਲ ਸਾਇੰਸ ਔਰਤ ਤੋਂ ਲੈਣੀ ਹੁੰਦੀ, ਕਿਉਂਕਿ ਜਿਹੜਾ ਬੱਚੇ ਨੇ ਜਨਮ ਤੋਂ ਪਹਿਲਾਂ ਵੀ ਤੇ ਜਨਮ ਤੋਂ ਬਾਅਦ ਚ ਵੀ ਮਾਂ ਦੇ ਨਾਲ ਰਹਿਣਾ ਹੁੰਦਾ, ਉਹ ਕੰਸ਼ੀਅਸ ਹੈਗੀ ਜਿਹੜੀ ਔਰਤ ਹੈਗੀ ਹੈ, ਜੋ ਕਿ ਆਪਣੇ ਪ੍ਰੋਬਲਮ ਹੁੰਦੀਆਂ ਆਪਣੇ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਉਹ ਡਿਸਕਸ਼ਨ ਕਰਦੀਆਂ, ਉਹਨੂੰ ਆਪਾਂ ਕਈ ਵਾਰੀ ਆਪਾਂ ਚੁਗਲੀ ਕਹਿ ਦਿੰਦੇ, ਉਹ ਮੇਰੇ ਖਿਆਲ ਉਹਨਾਂ ਦੀ ਇੱਕ ਤਰ੍ਹਾਂ ਦੀ ਉਹ ਬੜੇ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਸੀਂ ਤੁਹਾਨੂੰ ਆਪਣੀ ਡਿਬੇਟ ਦੇ ਵਿੱਚ ਜ਼ਰੂਰ ਬੁਲਾਉਣਾ ਚਾਹਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਸਾਡੇ ਨਾਲ ਪੁਆਇੰਟ ਆਫ ਵਿਊ, ਇਹ ਲੇਡੀਜ਼ ਦੇ ਹੱਕ ਵਿੱਚ ਆ ਕੇ ਖੜੇ ਹੋਏ ਨੇ, ਬਹੁਤ ਚੰਗਾ ਲੱਗਾ। ਇਸ ਤੋਂ ਬਾਅਦ ਸਾਡੇ ਨਾਲ ਸਾਡੇ ਅਗਲੇ ਕਾਲਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਜੀ? ਗੁਰਦੀਪ ਜੀ। ਜੀ ਗੁਰਜੀਤ ਜੀ, ਗੁਰਦੀਪ ਜੀ ਜੀ, ਮਾਫੀ ਚਾਹੁੰਦੀ ਆ, ਮਾਫੀ ਚਾਹੁੰਦੀ ਆ ਜੀ। ਗੁਰਜੀਤ ਜੀ, ਗੁਰਦੀਪ ਜੀ, ਦੋ ਅਸੀਂ ਕਨਫਿਊਜ਼ ਹੋ ਗਏ ਸੀ। ਓਕੇ, ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗੀ, ਜਨਾਨੀਆਂ ਦੀ ਜ਼ਿਆਦਾ ਮਸ਼ਹੂਰੀ ਇਹ ਚੁਗਲੀਆਂ ਕਰਦੀਆਂ ਨੇ। ਅੱਛਾ ਜੀ, ਪਰ ਕਰਦੀਆਂ ਹੁਣ ਕਰਦੀਆਂ ਜੇ ਚਾਰ ਲੇਡੀਜ਼ ਬੈਠ ਜਾਣਗੀਆਂ, ਕੋਈ ਤੇਰੀ ਕੋਈ ਮੇਰੀ ਕੋਈ ਕਰਦੀ, ਗੱਲ ਹੁੰਦੀ ਰਹਿੰਦੀ ਹੈ, ਚੁਗਲੀ ਸਮਝ ਲਓ, ਗੱਲਾਂ ਸਮਝ ਲਓ, ਕਿਵੇਂ ਵੀ ਹੈ, ਸੁਣ ਕੇ ਇੱਕ ਦੂਜੇ ਨੂੰ ਕਰਨਗੀਆਂ, ਫੋਨ ਚੁੱਕ ਕੇ ਦੱਸ ਦੇਣਗੀਆਂ, ਉਹ ਵੀ ਚੁਗਲੀ ਹੋ ਜਾਂਦੀ। ਜੀ ਕਿ ਇਹ ਪੇਟ ਦੀ ਹਾਜ਼ਮੇ ਦੀ ਪ੍ਰੋਬਲਮ ਹੈ? ਜਿੱਥੇ ਆਦਮੀ ਚਾਰ ਬੈਠ ਜਾਂਦੇ ਨੇ ਆਦਮੀ ਤਾਂ ਕਰਦੇ ਨੇ। ਮੈਂ ਗੁਰਦੀਪ ਜੀ ਇਹ ਪੁੱਛਣਾ ਚਾਹਾਂਗੀ ਕਿ ਇਹ ਔਰਤਾਂ ਦੇ ਪੇਟ ਦੇ ਹਾਜ਼ਮੇ ਦੀ ਪ੍ਰੋਬਲਮ ਹੈ ਜਾਂ ਫਿਰ ਇਹ ਦਿਮਾਗੀ ਤੌਰ ਤੇ ਕੁਝ ਅਸੀਂ ਇਹਨੂੰ ਕਹਿ ਲਈਏ ਜਾਂ ਫਿਰ ਇਹ ਸਾਡੀ ਰੂਟੀਨ ਬਣ ਚੁੱਕੀ ਹੈ? ਕੋਈ ਦਿਮਾਗੀ ਨਹੀਂ ਹੈਗੀ, ਕੋਈ ਦਿਮਾਗੀ ਨਹੀਂ, ਕੋਈ ਹਾਜ਼ਮਾ ਨਹੀਂ, ਕੁਛ ਨਹੀਂ। ਵੈਸੇ ਚਾਰ ਲੇਡੀਜ਼ ਜਾਂ ਕੁੜੀਆਂ ਜਾਂ ਕੁਛ ਵੀ ਆਪਾਂ ਬੈਠ ਜਾਈਏ ਤਾਂ ਆਪਣੀ ਗੱਲਬਾਤ ਘਰ ਬਾਰ ਦੀ ਵੀ ਹੁੰਦੀ ਰਹੇਗੀ, ਘਰ ਸੱਸ ਨਨਾਣ ਬਾਰੇ ਵੀ ਹੋਵੇਗੀ, ਕਈ ਸਹੇਲੀ ਪਰ ਫਰੈਂਡ ਬਾਰੇ ਵੀ ਹੋਵੇ, ਕਿਸੇ ਮੈਂ ਸਮਾਜਿਕ ਵੀ ਹੋਵੇਗੀ। ਪਰ ਆਦਮੀ ਜਦੋਂ ਇਕੱਠੇ ਹੋ ਕੇ ਬਣੇ, ਆਦਮੀ ਬਹੁਤ ਕੁਛ ਕਰਦੇ ਨੇ, ਜੀ ਪਰ ਇਹ ਹੈ ਜਰਾ ਕਿ ਲੇਡੀਜ਼ ਦੀ ਜਿਹੜੀ ਇਹਨਾਂ ਦੀ ਮਸ਼ਹੂਰੀ ਜ਼ਿਆਦਾ, ਵੀ ਲੇਡੀਜ਼ ਚੁਗਲੀਆਂ ਕਰਦੀਆਂ, ਜਨਾਨੀਆਂ ਚੁਗਲੀਆਂ ਬਿਲਕੁਲ ਸਹੀ ਤੁਹਾਡਾ ਕਰਦੇ ਵਿਚਾਰ ਹੈ। ਸਾਰੇ ਹੀ ਨੇ ਜੀ, ਪਰ ਸਾਡਾ ਜਰਾ ਆਪਣਾ ਜਨਾਨੀਆਂ ਜ਼ਿਆਦਾ ਮਸ਼ਹੂਰੀ ਹੋਈ ਹੈ ਨਾ, ਪਰ ਸਾਡੇ ਘੱਟ ਵੀ ਕਰਨਗੀਆਂ ਤਾਂ ਵੀ ਕਹਿਣਗੇ ਜ਼ਿਆਦਾ ਕਰ ਜੀ। ਪਰ ਤੁਹਾਡੇ ਤੋਂ ਪਹਿਲਾਂ ਪੌਲ ਸਾਹਿਬ ਨੇ ਸਾਡੇ ਨਾਲ ਇਸ ਦੇ ਟੌਪਿਕ ਦੇ ਉੱਤੇ ਗੱਲ ਕੀਤੀ, ਇਸ ਮੁੱਦੇ ਦੇ ਉੱਤੇ ਗੱਲ ਕੀਤੀ, ਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਉਹ ਔਰਤਾਂ ਜਿਹੜੀਆਂ ਨੇ ਆਪਸ ਦੇ ਵਿੱਚ ਬੈਠ ਕੇ ਕੁਝ ਗੱਲਾਂ ਬਾਤਾਂ ਕਰਦੀਆਂ ਨੇ ਕਿਉਂਕਿ ਉਹ ਸੋਸਾਇਟੀ ਦੇ ਨਾਲ ਹੀ ਆਪਣੇ ਪਰਿਵਾਰ ਦੇ ਨਾਲ ਜਾਂ ਕਿਸੇ ਵੀ ਤੌਰ ਤੇ ਜ਼ਿਆਦਾ ਜੁੜੀਆਂ ਹੁੰਦੀਆਂ ਨੇ, ਸੋ ਇਸ ਕਰਕੇ ਉਹਨੂੰ ਚੁਗਲੀ ਦਾ ਨਾਮ ਦੇ ਦਿੱਤਾ ਜਾਂਦਾ ਹੈ, ਜਦਕਿ ਉਹ ਕੁਝ ਸਪੈਸ਼ਲ ਟੌਪਸ ਹੁੰਦੀਆਂ ਨੇ। ਠੀਕ ਜੀ, ਔਰ ਇਸ ਤਰ੍ਹਾਂ ਹੀ ਬਸ ਸਾਡਾ ਆਪਣਾ ਨਾਮ ਬਣ ਜਾਂਦਾ ਵੀ ਚੁਗਲੀ ਕਰਦੀ। ਜੀ ਜੀ ਜੀ, ਔਰ ਇਸੇ ਮਸਲੇ ਤੇ ਅੱਜ ਅਸੀਂ ਇਸੇ ਕਰਕੇ ਆਪਣਾ ਖਾਸ ਇਹ ਬੁਲੇਟਿਨ ਰੱਖਿਆ ਕਿ ਆਓ ਕਲੇਸ਼ ਕਰੀਏ ਕਿ ਔਰਤਾਂ। ਬਹੁਤ ਚੰਗਾ ਤੁਹਾਡਾ ਮਸਲਾ ਹੈ, ਬਹੁਤ 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 ਚੰਗਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਕਾਲ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਅੱਜ ਥੈਂਕ ਯੂ ਬੇਟਾ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਸਾਡੇ ਨਾਲ ਫਿਲਹਾਲ ਲਾਈਨ ਤੇ ਸੀਗੇ ਗੁਰਦੀਪ ਜੀ, ਜਿਨ੍ਹਾਂ ਨੇ ਦੱਸਿਆ ਕਿ ਔਰਤਾਂ ਜ਼ਿਆਦਾ ਇਕੱਠੇ ਹੋ ਕੇ ਬੈਠ ਕੇ ਗੱਲ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਕਿਉਂਕਿ ਘਰ ਦੇ ਵਿੱਚ ਕਾਫੀ ਸਾਰੀਆਂ ਮੇਰੇ ਵਰਗੀਆਂ ਵੇਲੀਆਂ ਹੁੰਦੀਆਂ ਨੇ। ਸੋ
ਉਹ ਹੋਰ ਕਰਨ ਤੇ ਕਰਨ ਕੀ, ਕਿਉਂਕਿ ਘਰ ਦਾ ਕੰਮ ਨਿਬੜਨ ਤੋਂ ਬਾਅਦ ਟੀਵੀ ਬੰਦਾ ਕਿੰਨੀ ਦੇਰ ਤੱਕ ਦੇਖ ਸਕਦਾ, ਆਫਟਰ ਆਲ ਹਰ ਕਿਸੇ ਨੇ ਆਪਣਾ ਦਿਲ ਫਰੋਲਣਾ ਹੁੰਦਾ ਹੈ। ਸੋ ਲੇਡੀਜ਼ ਜੇ ਸੱਸ ਦੀ, ਨਨਾਣ ਦੀ, ਭਰਜਾਈ ਦੀ ਜਾਂ ਫਿਰ ਆਪਣੇ ਘਰ ਵਾਲੇ ਦੀ ਜਾਂ ਕਿਸੇ ਦੀ ਵੀ, ਬੱਚਿਆਂ ਦੀ ਤਾਂ ਬਹੁਤ ਘੱਟ ਕਰਦੇ ਨੇ, ਇਹੋ ਜਿਹਾ ਹੁੰਦਾ ਹੀ ਨਹੀਂ, ਬਲਕਿ ਪਰਦੇ ਪਾਏ ਜਾਂਦੇ ਨੇ। ਤੁਸੀਂ ਅੱਜ ਇਹ ਸਾਡੇ ਨਾਲ ਜਿਹੜਾ ਮਸਲਾ, ਇਸ ਦੇ ਉੱਤੇ ਸਾਨੂੰ ਕਾਫੀ ਸਾਰੀਆਂ ਈਮੇਲਸ ਵੀ ਕੀਤੀਆਂ ਨੇ, ਅਤੇ ਪਹਿਲੀ ਈਮੇਲ ਮੈਨੂੰ ਕਿਸੇ ਫੀਮੇਲ ਦੀ ਆਈ ਹੈ। ਉਹ ਕਹਿੰਦੇ ਨੇ ਕਿ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚੁਗਲੀ ਨਹੀਂ ਕੀਤੀ, ਬਲਕਿ ਜਿੱਧਰ ਚੁਗਲੀ ਹੋ ਰਹੀ ਹੁੰਦੀ ਹੈ ਮੈਂ ਆਪਣੇ ਕੰਨ ਦੇ ਵਿੱਚ ਰੂਹ ਪਾ ਲੈਂਦੀ ਹਾਂ। ਕਾਫੀ ਵਧੀਆ ਲੱਗਾ ਮੈਨੂੰ ਇਹਨਾਂ ਦਾ ਵੀ ਇਹ ਵਿਚਾਰ ਕਿ ਉਹ ਕੰਨ ਦੇ ਵਿੱਚ ਰੂਹ ਪਾ ਲੈਂਦੇ ਨੇ ਜਿੱਥੇ ਚੁਗਲੀ ਹੁੰਦੀ ਹੈ, ਔਰ ਆਪਣੀ ਰੂਹ ਦੇ ਨਾਲ ਅਗਲਾ ਕਾਲ ਕੀਤਾ ਸਾਨੂੰ ਸਾਡੇ ਅਗਲੇ ਕਾਲਰ ਨੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਜੀ? ਮੈਂ ਜਤਿੰਦਰ ਸਿੰਘ ਗੱਲ ਕਰ ਰਿਹਾ ਜੀ। ਜੀ ਜਤਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ, ਔਰ ਅੱਜ ਦਾ ਸਾਡਾ ਖਾਸ ਡਿਸਕਸ਼ਨ ਚੱਲ ਰਿਹਾ, ਆਓ ਕਲੇਸ਼ ਕਰੀਏ ਕਿ ਔਰਤਾਂ ਜ਼ਿਆਦਾ ਚੁਗਲੀ ਕਰਦੀਆਂ ਨੇ ਕਿ ਆਦਮੀ ਜ਼ਿਆਦਾ ਚੁਗਲੀ ਕਰਦੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਇਹ ਜ਼ਿਆਦਾਤਰ ਜੀ ਔਰਤਾਂ ਹੀ ਕਰਦੀਆਂ ਨੇ ਦੇਖਿਆ ਜਾਵੇ ਤਾਂ। ਇਹ ਮੰਨਣਾ ਵਾ, ਇਹ ਤੁਹਾਡਾ ਆਪਣਾ ਨਿੱਜੀ ਐਕਸਪੀਰੀਅੰਸ ਹੈ ਜਾਂ ਫਿਰ ਤੁਸੀਂ ਇਹ ਇੱਕ ਸੱਚਾਈ ਹੈ? ਕਿੰਨਾ ਕੁ ਅਸੀਂ ਯਕੀਨ ਕਰ ਸਕਦੇ ਇਸ ਤੇ? ਇਸ ਤੇ ਯਕੀਨ ਤਕਰੀਬਨ ਨਹੀਂ ਕੀਤਾ ਜਾ ਸਕਦਾ, ਜਿੱਧਰ ਜ਼ਿਆਦਾ ਦੁਨੀਆ ਚੱਲ ਪਵੇ ਉਸ ਪਾਸੇ ਅਸੀਂ ਵੀ ਚੱਲ ਪਈਦਾ ਜੀ। ਇਸੇ ਯਕੀਨ ਕਿ ਮੈਂ ਤੁਹਾਡੀ ਆਵਾਜ਼ ਮੇਰੇ ਕੰਨਾਂ ਤੱਕ ਨਹੀਂ ਪਹੁੰਚ ਸਕੀ, ਮੈਂ ਐਕਚੁਅਲੀ ਅੱਜ ਈਅਰਬਡ ਨਹੀਂ ਮਾਰਿਆ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਵਾਂ ਵੀ ਜ਼ਿਆਦਾਤਰ ਲੇਡੀਜ਼ ਹੀ ਚੁਗਲਖੋਰ ਹੁੰਦੀਆਂ ਨੇ। ਓ ਅੱਛਾ, ਤੁਹਾਡੇ ਮੁਤਾਬਿਕ ਔਰਤਾਂ ਹੀ ਜ਼ਿਆਦਾ ਚੁਗਲਖੋਰ ਹੁੰਦੀਆਂ ਨੇ। ਔਰਤਾਂ ਦੇ ਉੱਤੇ ਇੱਕ ਨਿੱਜੀ ਅਟੈਕ ਲੱਗੀ ਜਾ ਰਿਹਾ ਮੈਨੂੰ, ਕਿਉਂਕਿ ਹਰ ਕਿਸੇ ਦਾ ਕਹਿਣਾ ਹੈ ਕਿ ਔਰਤਾਂ ਜ਼ਿਆਦਾ ਚੁਗਲੀ ਕਰਦੇ ਨੇ। ਹਾਲੇ ਤੱਕ ਇੱਕ ਆਦਮੀ ਨੇ ਆ ਕੇ ਆਪਣੇ ਆਪ ਕਬੂਲਿਆ ਨਹੀਂ ਹੈ ਕਿ ਇਹ ਮੇਲ ਡੋਮੀਨੇਟਿੰਗ ਸੋਸਾਇਟੀ ਹੈ, ਇਸ ਕਰਕੇ ਨਹੀਂ ਕਬੂਲਿਆ ਜਾ ਰਿਹਾ, ਜਾਂ ਫਿਰ ਇਹ ਅਸਲੀਅਤ ਹੈ, ਇਹਨੂੰ ਹਜ਼ਮ ਕਰਨਾ ਮੇਰੇ ਲਈ ਖੁਦ ਬਹੁਤ ਔਖਾ ਹੁੰਦਾ ਚਲਾ ਜਾ ਰਿਹਾ, ਕਿਉਂਕਿ ਅੱਜ ਮੈਨੂੰ ਇਸ ਦੇ ਉੱਤੇ ਕਿੰਨੀਆਂ ਹੀ ਔਰਤਾਂ ਦੇ ਨਾਲ ਗੱਲ ਕਰਨੀ ਪੈਣੀ ਹੈ ਕਿ ਕੀ ਮਸਲਾ ਕੀ ਹੈ ਜੀ। ਖੈਰ, ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਵਾਸਤੇ। ਔਰ ਇਸ ਤੋਂ ਬਾਅਦ ਸਾਡੇ ਅਗਲੇ ਕਾਲਰ ਸਾਡੇ ਨਾਲ, ਕਾਲਰ ਦੀ ਲਾਈਨ ਜਿਹੜੀ ਆ ਉਹ ਇਸ ਵਕਤ ਡਿਸਕਨੈਕਟ ਹੋ ਚੁੱਕੀ ਹੈ, ਔਰ ਖੈਰ ਫਿਲਹਾਲ ਅਸੀਂ ਇਸ ਮਸਲੇ ਦੇ ਉੱਤੇ ਆਪਣੀ ਬਹਿਸ ਜਾਰੀ ਰੱਖਾਂਗੇ, ਆਓ ਕਲੇਸ਼ ਕਰੀਏ, ਲੇਕਿਨ ਇਸ ਬ੍ਰੇਕ ਤੋਂ ਬਾਅਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਔਰ ਅੱਜ ਆਓ ਕਲੇਸ਼ ਕਰੀਏ ਸਾਡਾ ਸਪੈਸ਼ਲ ਸੈਗਮੈਂਟ ਚੱਲ ਰਿਹਾ ਹੈ ਗੱਲਾਂ ਵਿਦ ਗੁਲਾਬੋ ਦਾ, ਜਿਹੜਾ ਸਾਡਾ ਖਬਰਾਂ ਦਾ ਇਹ ਅੱਧੇ ਘੰਟੇ ਦਾ ਖਾਸ ਪ੍ਰੋਗਰਾਮ ਹੁੰਦਾ। ਸੋ ਅੱਜ ਅਸੀਂ ਆਪਣੇ ਇਸ ਬੁਲੇਟਿਨ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਔਰਤਾਂ ਜ਼ਿਆਦਾ ਚੁਗਲੀ ਕਰਦੀਆਂ ਨੇ ਕਿ ਆਦਮੀ ਜ਼ਿਆਦਾ ਚੁਗਲੀ ਕਰਦੇ ਨੇ, ਔਰ ਫਿਲਹਾਲ ਤੱਕ ਜੋ ਵੀ ਸਾਡੇ ਤੱਕ ਦਰਸ਼ਕ ਪਹੁੰਚੇ ਨੇ ਔਰ ਸਾਡੇ ਜਿਹੜੇ ਵੀ ਸੰਵਾਦਦਾਤਾ ਨੇ ਉਹਨਾਂ ਨੇ ਸਾਨੂੰ ਸੰਪਰਕ ਸਾਧਿਆ, ਅਤੇ ਕਹਿਣ ਦੀ ਕੋਸ਼ਿਸ਼ ਇਹ ਕੀਤੀ ਹੈ ਕਿ ਔਰਤਾਂ ਜ਼ਿਆਦਾ ਚੁਗਲਖੋਰ ਹੁੰਦੀਆਂ ਨੇ, ਲੇਕਿਨ ਇੱਕ ਸਾਨੂੰ ਬੜਾ ਵਧੀਆ ਲੱਗਾ ਸੀ ਵਿਚਾਰ ਪੌਲ ਸਾਹਿਬ ਦਾ, ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਸੋਸਾਇਟੀ ਦੇ ਕੁਝ ਇਹੋ ਜਿਹੇ ਮੁੱਦੇ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਔਰਤਾਂ ਦਾ ਕੰਸਰਨ ਕੁਝ ਜ਼ਿਆਦਾ ਹੁੰਦਾ, ਸੋ ਇਸੇ ਕਰਕੇ ਉਹ ਆਪਸ ਦੇ ਵਿੱਚ ਬੈਠ ਕੇ ਡਿਸਕਸ਼ਨ ਕਰਨਾ ਪਸੰਦ ਕਰਦੀਆਂ ਨੇ ਤਾਂ ਕਿ ਕਿਸੇ ਵੀ ਮਸਲੇ ਦਾ ਕੋਈ ਹੱਲ ਹੋਵੇ, ਸੋ ਨਿਕਲ ਸਕੇ। ਲੇਕਿਨ ਅਸੀਂ ਇਸ ਦੇ ਬਾਰੇ ਹੋਰ ਪਤਾ ਕੀਤਾ ਕਿ ਔਰਤਾਂ ਜੋ ਹੈ ਚੁਗਲੀ ਜ਼ਿਆਦਾ ਕਿਉਂ ਕਰਦੀਆਂ ਨੇ ਅਤੇ ਕਿਉਂ ਪਸੰਦ ਕਰਦੀਆਂ ਨੇ, ਇਸ ਦੇ ਲਈ ਸਾਇੰਟੀਫਿਕ ਵੀ ਕਾਫੀ ਸਾਰੇ ਰੀਜ਼ਨ ਸਾਡੇ ਸਾਹਮਣੇ ਨਿਕਲ ਕੇ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਮਨ ਹਲਕਾ ਹੁੰਦਾ ਹੈ, ਦੂਜਾ ਦਿਲ ਦੀ ਭੜਾਸ ਨਿਕਲ ਜਾਂਦੀ ਹੈ, ਤੀਜਾ ਭਾਰ ਜਿਹੜਾ ਉਹ ਘੱਟ ਜਾਂਦਾ ਹੈ, ਅਤੇ ਚੌਥਾ ਮਨ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਦੌੜ ਜਾਂਦੀ ਹੈ। ਸੋ ਅਗਲੇ ਸਾਡੇ ਪੱਤਰਕਾਰ ਜਾਂ ਸਾਡੇ ਕਾਲਰ ਕੌਣ ਸਾਡੇ ਨਾਲ ਹੈ, ਅਸੀਂ ਗੱਲ ਕਰਦੇ ਹਾਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਜੀ? ਮੈਂ ਗੁਰਿੰਦਰ ਸਿੰਘ ਬੋਲ ਰਹੀ ਜੀ। ਗੁਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਔਰ ਗੁਰਿੰਦਰ ਜੀ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਲੇਡੀਜ਼ ਨੇ ਚਾਹੇ ਉਹ ਜੈਂਟਸ ਨੇ, ਇਹਨਾਂ ਨੂੰ ਸੋਚ ਸਮਝ ਕੇ ਇਹੀ ਗੱਲ ਕਰਨੀ ਚਾਹੀਦੀ ਹੈ, ਚੁਗਲੀ ਕਰਨੀ ਨਹੀਂ ਚਾਹੀਦੀ। ਫਿਰ ਇਸ ਤਰ੍ਹਾਂ ਦੇ ਨਾਲ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਪ੍ਰਥਾ ਖਤਮ ਹੋ ਜਾਏਗੀ, ਕਿਉਂਕਿ ਇਹ ਕਾਫੀ ਪੁਰਾਣੀ ਪ੍ਰਥਾ ਔਰ ਇਹਨੂੰ ਖਤਮ ਕਰ ਦੇਣਾ ਵੀ ਸਹੀ ਨਹੀਂ ਹੋਏਗਾ? ਨਹੀਂ, ਸਹੀ ਤਾਂ ਤੁਹਾਡੀ ਗੱਲ ਮੈਂ ਮੰਨਦਾ ਹਾਂ, ਪਰ ਕਰਨਾ ਨਹੀਂ ਚਾਹੀਦਾ ਤਾਂ ਕਿ ਦੂਜੇ ਦੇ ਸਾਹਮਣੇ ਆਪਾਂ ਬੁਰੇ ਹੋ ਜਾਂਦੇ ਹਾਂ ਜੀ ਚੁਗਲੀਆਂ ਕਰਕੇ ਜੀ। ਹੀ ਮੰਨਣਾ ਵਾ, ਪਿੱਠ ਪਿੱਛੇ ਚੁਗਲੀ ਨਾ ਕਰੋ, ਯਾਨੀ ਕਿ ਸਾਹਮਣੇ ਆਓ ਕਲੇਸ਼ ਕਰੀਏ ਰਹੇ ਤੇ ਵਧੀਆ ਰਹਿੰਦਾ, ਕਿਉਂਕਿ ਗੱਲ ਉਧਰ ਦੀ ਉਧਰ ਹੀ ਨਿਬੜ ਜਾਂਦੀ ਹੈ। ਹਾਂਜੀ ਹਾਂਜੀ।
ਸੋ ਤੁਹਾਡੇ ਮੁਤਾਬਿਕ ਬੰਦਾ ਸਾਹਮਣੇ ਆਮਣੇ ਕਲੇਸ਼ ਕਰ ਲਵੇ ਉਹ ਜ਼ਿਆਦਾ ਵਧੀਆ ਰਹਿੰਦਾ। ਸੋ ਇਸੇ ਕਰਕੇ ਅਸੀਂ ਇਹ ਸਪੈਸ਼ਲ ਬੁਲੇਟਿਨ ਰੱਖਿਆ, ਆਓ ਕਲੇਸ਼ ਕਰੀਏ। ਜੋ ਔਰਤਾਂ ਦੀਆਂ ਆਦਮੀਆਂ ਦੇ ਉੱਤੇ ਤੋਮਤਾਂ ਨੇ ਔਰ ਆਦਮੀਆਂ ਦੀਆਂ ਔਰਤਾਂ ਦੇ ਉੱਤੇ ਤੋਮਤਾਂ ਨੇ, ਉਹ ਇਹ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਦਿਲ ਦੀ ਭੜਾਸ ਕੱਢ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਲਈ। ਔਰ 3472521232 ਇਹ ਸਾਡੀ ਡਾਇਰੈਕਟ ਫੋਨ ਲਾਈਨ ਨੰਬਰ ਹੈ, ਜਿਸ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ। ਔਰ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਇਸ ਦੇ ਉੱਤੇ ਦੱਸ ਚੁੱਕੇ ਹਾਂ ਕਿ ਅਸੀਂ ਇਸ ਉੱਪਰ ਇੱਕ ਸਰਵੇ ਕਰਵਾਇਆ। ਔਰ ਅੱਜ ਅਕਸਰ ਆਦਮੀ ਜਿਹੜੇ ਨੇ ਉਹ ਡਰ ਰਹੇ ਨੇ ਕਿ ਆਪਣੀ ਔਰਤ ਨੂੰ ਕਿਵੇਂ ਕਹੀਏ ਕਿ ਤੂੰ ਜ਼ਿਆਦਾ ਚੁਗਲੀ ਕਰਦੀ ਹੈ ਜਾਂ ਫਿਰ ਔਰਤਾਂ ਜ਼ਿਆਦਾ ਚੁਗਲੀ ਕਰਦੀਆਂ ਨੇ। ਮੈਂ ਆਦਮੀਆਂ ਨੂੰ ਇੱਕ ਸਲਾਹ ਦੇਣਾ ਚਾਹਾਂਗੀ ਕਿ ਆਪਣੀ ਔਰਤਾਂ ਤੋਂ ਇੰਨਾ ਡਰੋ ਨਾ, ਔਰ ਸਾਨੂੰ ਸੰਪਰਕ ਕਰ ਲਓ, ਸਾਨੂੰ ਕਾਲ ਕਰ ਲਓ 3472521232 'ਤੇ। ਖੁੰਝੇ 'ਚ ਵੜ ਕੇ ਸਾਡੇ ਨਾਲ ਤੁਸੀਂ ਆਪਣਾ ਸੰਪਰਕ ਸਾਧ ਸਕਦੇ ਹੋ ਅਤੇ ਆਪਣੇ ਦਿਲ ਦੀ ਭੜਾਸ ਕੱਢ ਸਕਦੇ ਹੋ। ਲੇਕਿਨ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਵਾਈਫ ਚੁਗਲੀ ਨਹੀਂ ਕਰਦੀ ਤਾਂ ਬੜੀ ਵਧੀਆ ਗੱਲ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਵੀ ਤੁਸੀਂ ਚੁਗਲੀ ਹੀ ਕਰ ਰਹੇ ਹੋ। ਤੀਜੀ ਗੱਲ ਇਹ ਹੈ ਕਿ ਆਪਣੇ ਦਿਲ ਦੀ ਇਹ ਜਿਹੜੀ ਤੁਹਾਡੇ ਦਿਲ ਦੇ ਉੱਤੇ ਇੱਕ ਭਾਰ ਹੋ ਜਾਂਦਾ ਹੈ। ਅਗਲੇ ਕਾਲਰ ਸਾਡੇ ਨਾਲ ਪਹਿਲਾਂ ਗੱਲ ਕਰ ਲਈਏ। ਜੀ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਿਹਾ ਜੀ, ਕਿੱਧਰੋਂ ਗੱਲ ਕਰ ਰਿਹਾ ਜੀ? ਰਾਮ ਰਾਮ। ਰਾਮ ਰਾਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਗੱਲ ਕਰ ਰਿਹਾ ਜੀ? ਮੈਂ ਬੋਲ ਰਹਾ ਹੂੰ ਜੀ, ਸ਼ਰਮਾ ਜੀ। ਸ਼ਰਮਾ ਜੀ ਬਾਤ ਕਰ ਰਹੇ ਜੀ? ਸ਼ਰਮਾ ਜੀ ਹਸੀ ਪੰਜਾਬੀ ਮੈਂ ਬਾਤ ਕਰਤੇ ਹੈ। ਇਹ ਬਤਾਈਏ ਕੌਣ ਜ਼ਿਆਦਾ ਚੁਗਲੀ ਕਰਦਾ ਹੈ? ਬਹਿਣ ਜੀ, ਮੈਂ ਨਾ ਪਹਿਲੀ ਬਾਤ ਤੋਂ ਬਤਾਊਂ, ਮੈਂ ਹੂੰ ਹਰਿਆਣੇ ਸੇ, ਠੀਕ ਹੈ ਨਾ? ਜੀ ਜੀ ਜੀ। ਪੰਜਾਬੀ ਜੋ ਮੇਰੀ ਹੈ ਵੋ ਥੋੜੀ ਸੀ ਟੁੱਟੀ ਫੁੱਟੀ ਸੀ ਹੈ। ਕੋਈ ਬਾਤ ਨਹੀਂ, ਆਪ ਇਹ ਬਹੁ ਆਪਕੇ ਸਾਥ ਮੈਂ ਹਰਿਆਣਾ ਮੈਂ ਹਰਿਆਣਵੀ ਭਾਸ਼ਾ ਮੈਂ ਬਾਤ ਕਰ ਸਕਤੇ ਹੈ, ਪਰ ਬਾਤ ਯੂੰ ਸੇ ਕਿ ਬਹੁਤ ਮਿਹਰਬਾਨੀ, ਪੰਜਾਬੀ ਬੁਲੇਟਿਨ ਚੱਲ ਰਹੀ ਹੈ ਜੀ। ਕਿਆ ਕਹਿਣਾ ਚਾਹੇਂਗੇ? ਬਹਿਣ ਜੀ, ਮੈਂ ਤਾਂ ਕਹੂੰਗਾ ਇਹ ਜੋ ਆਦਮੀ ਹੋਤੇ ਨਾ, ਦੇਖੋ ਅਬ ਪੋਲੀਟੀਸ਼ੀਅਨਸ ਹੈ ਆਪਣੇ ਜੀ, ਇਹ ਲੇਡੀਜ਼ ਤੋਂ ਇਸਮੇ ਵਿਚਾਰੀ ਨਾਮ ਮਾਤਰ ਕੀ ਹੈ, ਠੀਕ ਹੈ ਨਾ ਜੀ ਜੀ। ਔਰ ਆਦਮੀ ਆਦਮੀ ਭਰੇ ਪੜੇ ਔਰ ਸਾਰੇ ਚੁਗਲ ਖੋਰ ਇੱਕ ਨੰਬਰ ਕੇ ਜੀ, ਇੱਕ ਨੰਬਰ ਕੇ ਚੁਗਲ ਖੋਰ, ਮਾਈਕ ਕੇ ਉੱਪਰ ਹੀ ਚੁਗਲੀਆਂ ਮਾਰਤੇ ਰਹਤੇ ਸਾਰਾ ਦਿਨ, ਖਬਰੇ ਦੇਖੋ ਇਹਨਾਂ ਕੀ ਚੁਗਲੀਆਂ ਹੀ ਕਰਤੇ ਭਾਈ, ਉਹ ਤੋਂ ਆਦ ਔਰਤੋਂ ਕੋ ਤਾਂ ਬਦਨਾਮ ਕਰ ਰਹੇ ਹੈ ਇਹ ਲੋਗ, ਬਦਨਾਮ ਕੀਆ ਜਾ ਰਹਾ ਹੈ ਔਰਤੋਂ ਕੋ ਜੀ। ਆਪਕੇ ਸਾਥ ਹਮ ਬਹੁਤ ਜ਼ਿਆਦਾ ਸਹਿਮਤੀ ਆਪਣੀ ਜ਼ਾਹਿਰ ਕਰਤੇ ਹੈਂ, ਆਪ ਬਿਲਕੁਲ ਸਹੀ ਪਿਟ ਰਹੇ ਹੈਂ, ਆਪਨੇ ਕਾਫੀ ਅੱਛਾ ਪਿਟ ਸੇ ਆਪਾ ਡਾਲ ਦਿਆ ਹੈ ਕਿ ਇਹ ਬਾਤ ਆਪਕੀ ਬਿਲਕੁਲ ਸਹੀ ਹੈ। ਔਰ ਆਪ ਇੱਕ ਔਰ ਬਾਤ ਬਤਾਈਏ ਕਿ ਕਿਆ ਆਪਨੇ ਕਭੀ ਚੁਗਲੀ ਕੀ ਹੈ? ਬਹਿਣ ਜੀ, ਬਿਲਕੁਲ ਚੁਗਲੀ ਕਿਉਂ ਨਹੀਂ ਕਰੇਗਾ ਯਾਰ, ਆਦਮੀ 24 ਘੰਟੇ ਚੁਗਲੀ ਕਰਤਾ ਰਹਤਾ ਹੈ ਭਾਈ ਸਾਹਿਬ। ਜੋ ਆਦਮੀਓ ਮੇ ਜਬ ਇਹ ਚੁਗਲੀ ਹੋਗੀ ਜੀ, ਜਬ ਆਦਮੀਓ ਮੇ ਡਿਸਕਸ਼ਨ ਹੋਤੀ ਹੈ, ਜੈਸੇ ਔਰਤੋਂ ਕੇ ਲੀਏ ਮੇਨ ਮੁੱਦਾ ਹੋਤਾ ਹੈ ਯਾ ਸਾਸ ਸੇ ਜੁੜਾ ਹੋਤਾ ਹੈ, ਨਨਨ ਸੇ ਜੁੜਾ ਹੋਤਾ ਹੈ, ਕਾਫੀ ਪੁਰਾਣੀ ਪ੍ਰਥਾ ਹੈ ਯੇ, ਔਰ ਘਰ ਕੇ ਮਸਲੇ ਹੋਤੇ ਹੈ, ਲੇਕਿਨ ਆਦਮੀਓ ਕਾ ਕਿਆ ਮੁੱਦਾ ਰਹਤਾ ਹੈ ਚੁਗਲੀ ਕਰਨੇ ਕੇ ਵਕਤ? ਉਹ ਸਬਸੇ ਬੜਾ ਮੁੱਦਾ ਤਾਂ ਉਨਕੀ ਘਰਵਾਲੀ ਹੋਤੀ ਹੈ ਬਹਿਣ ਜੀ, ਔਰ ਸਬਸੇ ਬੜਾ ਮੁੱਦਾ ਕਿਆ ਹੋਗਾ ਉਨਕਾ, ਵਹੀ ਪਰੇਸ਼ਾਨ ਕਰਕੇ ਰਸਤੀ ਵਿਚਾਰੋ ਕੋ, ਤੁਹਾਡਾ ਪਰੇਸ਼ਾਨ ਕਰੇਗੀ ਔਰ ਕੌਣ ਮੁੱਦਾ, ਮੁੱਦੇ ਦੁਨੀਆ ਭਰ ਕੇ ਖੜੇ ਹੋ ਜਾਂਦੇ, ਇੱਕ ਔਰਤ ਪਰੇਸ਼ਾਨ ਕਰਦੇ ਤੋ। ਤੁਹਾਡਾ ਆਪਣਾ ਵਿਆਹ ਹੋ ਚੁੱਕਾ ਹੈ? ਉਹ ਭੈਣ ਜੀ, ਮੇਰੇ ਤੋਂ 5 ਬੱਚੇ। ਅੱਛਾ, ਇਹ ਬਹੁਤ ਵਧੀਆ ਗੱਲ ਕੀਤੀ ਕਿ ਇਹਨਾਂ ਜਨਾਨੀ ਦੇ ਨਾਲ ਕਲੇਸ਼ ਰਹਿੰਦਾ, ਫਿਰ ਵੀ ਤੁਹਾਡੇ 5 ਬੱਚੇ ਨੇ ਔਰ ਉਸਦੀ ਚੁਗਲੀ ਕਰਨਾ ਤੁਸੀਂ ਪਸੰਦ ਕਰਦੇ ਹੋ, ਕੀ ਇਹ ਬੱਚੇ ਤੁਸੀਂ ਕੋਈ ਗੂਗਲ ਤੋਂ ਡਾਊਨਲੋਡ ਕੀਤੇ ਨੇ? ਖੈਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਸੰਪਰਕ ਸਾਧਨ ਦੇ ਲਈ। ਔਰ ਅੱਜ ਜਿਹੜੇ ਸਾਡੇ ਈਮੇਲਸ ਨੇ ਉਹ ਵੀ ਸਾਡੇ ਤੱਕ ਬਹੁਤ ਜ਼ਿਆਦਾ ਪਹੁੰਚ ਰਹੇ ਨੇ, ਗੱਲਾਂ ਵਿਦ ਗੁਲਾਬੋ @globalpunjabtv.com.in। ਅਤੇ ਤੁਸੀਂ ਅੱਜ ਸਾਨੂੰ ਇੱਕ ਹੋਰ ਈਮੇਲ ਕੀਤੀ ਹੈ ਜੀ, ਇਹ ਨੇ ਇੱਕ ਈਮੇਲ ਹੁਣ ਮੇਲ ਨੇ ਕੀਤੀ ਹੈ। ਇਹਨਾਂ ਦੇ ਕਹਿਣ ਦੇ ਮੁਤਾਬਿਕ ਨਾ ਤਾਂ ਔਰਤ ਚੁਗਲੀ ਕਰਦੀ ਹੈ ਨਾ ਆਦਮੀ ਚੁਗਲੀ ਕਰਦਾ, ਅਸਲ ਦੇ ਵਿੱਚ ਉਹ ਇੱਕ ਡਿਸਕਸ਼ਨ ਚੱਲ ਰਹੀ ਹੁੰਦੀ ਹੈ, ਹਰ ਕੋਈ ਆਪਣਾ ਮਨ ਹਲਕਾ ਕਰ ਰਿਹਾ ਹੁੰਦਾ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਟੈਨਸ਼ਨਾਂ ਬਹੁਤ ਨੇ, ਦਿਲ ਦੇ ਉੱਤੇ ਬੋਝ ਬਹੁਤ ਹੈ, ਸੋ ਆਪਣਾ ਮਨ ਹਲਕਾ ਕਰਨਾ ਕਿਸੇ ਵੀ ਕਿਸਮ ਦੇ ਨਾਲ ਗਲਤ ਨਹੀਂ ਹੁੰਦਾ। ਮੈਂ ਇਹਨਾਂ ਦੇ ਨਾਲ ਵੀ ਕਾਫੀ ਹੱਦ ਤੱਕ ਸਹਿਮਤ ਹਾਂ, ਐਕਚੁਲੀ ਮੈਂ ਸਾਰਿਆਂ ਦੇ ਨਾਲ ਹੀ ਸਹਿਮਤ ਹੋ ਜਾਂਦੀ ਹਾਂ, ਜਿਹਦੀ ਜੋ ਗੱਲ ਹੁੰਦੀ ਹੈ ਮੈਂ ਪੁਆੜਿਆਂ ਦੇ ਵਿੱਚ ਨਹੀਂ ਪੈਂਦੀ, ਮੈਨੂੰ ਬੈਠ ਕੇ ਤੁਸੀਂ ਜਿਸ ਦੀ ਮਰਜ਼ੀ ਚੁਗਲੀ ਕਰਵਾ ਸਕਦੇ ਹੋ, ਸੋ ਮੈਂ ਮਤਲਬ ਉਹਨੂੰ ਚੁਗਲੀ ਨਹੀਂ ਸਮਝਦੀ, ਮੈਂ ਇਹ ਸਮਝਦੀ ਹਾਂ ਕਿ ਮੇਰੇ ਵੀ ਦਿਲ ਦਾ ਭਾਰ ਹੌਲਾ ਹੋ ਰਿਹਾ। ਹੁਣ ਜਿਵੇਂ ਕਿ ਗਗਨ ਜੀ ਦੀ ਆਪਾਂ ਗੱਲ ਕਰੀਏ, ਅਤੇ ਇਹਨਾਂ ਦੇ ਨਾਲ 2-4 ਦਿਨ ਪਹਿਲਾਂ ਇੱਥੇ ਦਫ਼ਤਰ ਦੇ ਵਿੱਚ ਮੇਰਾ ਕੁਝ ਬਹਿਸ ਦਾ ਮੁੱਦਾ ਚੱਲਿਆ, ਅਤੇ ਗੱਲ ਕਾਫੀ ਗਰਮਾ ਗਈ, ਲੇਕਿਨ ਐਂਡ ਦੇ ਵਿੱਚ ਮੈਂ ਬਰਫ਼ ਦੇ ਪਾਣੀ ਦੇ ਵਿੱਚ ਪਾ ਕੇ ਅਤੇ 2-4 ਗਲਾਸ ਪਾਣੀ ਪੀ ਕੇ ਆਪਣੇ ਆਪ ਨੂੰ ਸ਼ਾਂਤ ਕੀਤਾ ਦਿਮਾਗ ਨੂੰ, ਕਿ ਮੈਂ ਜ਼ਿਆਦਾ ਗੱਲ ਨਾ ਕਰਾਂ ਤਾਂ ਚੰਗਾ ਰਹੇਗਾ। ਔਰ ਇਸੇ ਕਿਸਮ ਦੀਆਂ ਜਿਹੜੀਆਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਤੁਸੀਂ ਵੀ ਜੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਅਪਣਾਉਣਾ ਸ਼ੁਰੂ ਕਰ ਦਿਓ, ਅਜ਼ਮਾਉਣਾ ਸ਼ੁਰੂ ਕਰ ਦਿਓ, ਤਾਂ ਬੜਾ ਵਧੀਆ ਰਹਿੰਦਾ। ਸੋ ਅੱਜ ਅਸੀਂ ਤੁਹਾਡੇ ਸਾਰਿਆਂ ਦੇ, ਕੋਈ ਹੋਰ ਕਾਲਰ ਜੇ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋਣ, ਤਾਂ ਸਿਰਫ 1 ਮਿੰਟ ਸਾਡੇ ਕੋਲ ਬਾਕੀ ਰਹਿ ਗਿਆ ਭੈਣ ਜਾਨ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
347-252-1232। लेकिन असल दे विच चुगली नू चुगली ना समझ के जेकर उन्हों एक डिस्कशन दे तौर ते लिता जावे वो बड़ा वधिया रहिंदा है और दिल दा भार हर किसी नू हल्का करन दा हक है। सो अज मेरे दिल दे विच भी काफ़ी सारिया ऐसिया गल्लां ने अपने कुछ कॉलर्स नू लैके जिहड़ी कि मैं आम लोगों के नाल डिस्कस करना चाहवांगी और फेसबुक के उत्ते भी इसकी जानकारी अपलोड की जाएगी। सो तुसी साडे इह प्रोग्राम नू इसी तरह के नाल देखते रहो और अगला बुलेटिन तुहाडे कोल कदों पेश होएगा इस दे बारे मैनू कोई जानकारी नहीं है क्योंकि मैं इहो जिहियां चीज़ां भी जानकारी नहीं रखती कि कौन की कर रहा है। मैं अपने काम तो मतलब रखदी हां, तुसीं भी अपने काम नाल मतलब रखो लेकिन सोसाइटी दे लई अपना योगदान चुगलियां दा इसी तरह दे नाल पांदे रहो और इसी दे नाल मैनू दिओ इजाजत, वेखदे रहो ग्लोबल पंजाब टीवी।